बिल्कुल जितों की मार्च के महीने तो लैके कोरोना महामारी लैके हर व्यक्ति परेशानी का सामना करता आ रहा, पर दूसरे पास जिते कि प्राइवेट स्कूलों की फीसा का मामला हाई कोर्ट भी जा पुजा थी, जितों कि हाई कोर्ट के फैसले तो बाद भी कोई फीस भरने तैयार नहीं। पर दूसरे पास असी प्राइवेट स्कूल की गल करांगे जितों कि गड्डिया वाले ड्राइवर ने, पर इन्हों भी कई महीनों तो स्कूल वालों तनखा नहीं दी जा रही, इन्हों घर का गुजारा भी चलना बड़ा मुश्किल हो गया। असी इन्हों गलबात करांगे की कहना चाहते हैं, किन्ने महीने तो इन्हों की तनखाह जी रुकी हुई है, क्यों स्कूल वाले तनखा नहीं दे रहे, तो कोई इस मामले तो कोई स्कूल प्रशासन के नाल कोई गलबात हुई है, अज तुम जरा धरना ज मुजहरा कर रहे हो स्कूल के खिलाफ, की कहना चाहते हो इस बारे? ये सारा इदा जी, सू तकरीबन 4 महीने हो गई, अप्रैल मई जून जुलाई हो गया खत्म, अज सानू हाल तक कोई सैलरी नहीं मिली। साड़ी तकरीबन 4 बार अंदर प्रिंसीपल मैडम ना या चेयरमैन साहब नाल भी गल हो चुकी आ, मतलब वो सानू 30% या 35% देने नू तैयार ने सैलरी, वो भी जाने के 3 महीनों की देने वास्ते कह रहे हैं भी जून तो बाद असी कोई सैलरी नहीं देनी। तुसीं आपदा जिथे मर्जी कोई मर्जी काम लभ सकदे हो, जाने के हुण साडियां गड्डियां नवीं ने, साडियां अपनियां गड्डियां पाईआं होईआं ने जिहड़े किस्तां ते ने, हुण असीं उह गड्डियां कित्थों ले जाईए, कित्थे ले जाईए, असीं किस्तां कित्थों भरीए, सानू कोई समझ नहीं आ रही हैगी। बिल्कुल, किस तरह कितों भरीए, स्कूल भी बाहर नहीं फड़ा रहा, होर कोई गुजारा नहीं, साधन सारे बंद ने, तो इस तो बाद कोई मैनेजमेंट नाल कोई जिस तरह तुहानू कह रहे हैं 30% तो 35% देने तैयार ने, पर किन्ने महीने सैलरी जी तुहाड़ी रुकी हुई है? साड़ी तकरीबन 4 महीनों की हुई, अज 30 जुलाई हो गई है, 4th महीना भी खत्म हो गया, अप्रैल मई जून जुलाई है ना, 4 महीने हो गए, 4 महीने हो गए सानू कोई 1 रुपया नहीं मिला है जी। ਕਿੱਥੋਂ ਤੁਸੀਂ ਆਉਂਦੇ ਹੋ ਇੱਥੇ ਸਕੂਲ ਦੇ ਵਿੱਚ? ਕਿੰਨੇ ਸਾਲਾਂ ਤੁਸੀਂ ਵੈਨ ਦਾ ਕੰਮ ਕਰਦੇ ਆ ਰਹੇ ਹੋ, ਕੀ ਤੁਹਾਡੇ ਪਰਿਵਾਰ ਦਾ ਕੀ ਸਾਧਨਾ ਫਿਰ ਜਿਹੜਾ ਮੁਹੱਈਆ ਕਰਵਾ ਰਹੇ ਤੁਸੀਂ, ਪਰਿਵਾਰ ਦੇ ਵਿੱਚ ਰੁਜ਼ਗਾਰ ਦਾ ਕੋਈ ਹੋਰ ਕੀ ਸਾਧਨ? ਸਾਧਨ ਹੈ ਸਰ, ਪਰ ਸਾਡੇ ਕੋਲ ਬਹੁਤ ਥੋੜ੍ਹੀ ਪੈਲੀ ਹੈ, ਸਾਡਾ ਇਹ ਸੀਗਾ ਵੀ ਚਲੋ ਗੁਜ਼ਾਰਾ ਚੱਲੀ ਜਾਂਦਾ ਸੀਗਾ, ਮਤਲਬ ਗੱਡੀ ਦੇ ਸਿਰ ਦੇ ਉੱਤੇ ਕੁਛ ਨਾ ਕੁਛ, ਮਤਲਬ ਇਹ ਸੀਗਾ ਸਾਨੂੰ ਸਕੂਲ ਦਿੰਦਾ ਸੀਗਾ 20,000 ਰੁਪਇਆ ਮੰਥਲੀ, ਇਹਦੇ ਵਿੱਚੋਂ ਸਾਡੀ 12-13,000 ਰੁਪਇਆ ਗੱਡੀ ਦੀ ਕਿਸ਼ਤ ਨਿਕਲ ਜਾਂਦੀ, ਆਪਾਂ 7,000 ਰੁਪਇਆ ਸਾਨੂੰ ਬਚਦਾ, ਸਾਡਾ ਘਰ ਦਾ ਖਰਚਾ ਚੱਲ ਜਾਂਦਾ ਸੀਗਾ। ਪਰ ਹੁਣ ਜਦੋਂ ਸਕੂਲ ਵੀ ਹੱਥ ਖੜੇ ਕਰ ਗਿਆ, ਹੁਣ ਸਾਡਾ ਮਰਨ ਹੋਇਆ ਪਿਆ, ਸਾਨੂੰ ਕਿਸ਼ਤਾਂ ਵਾਲੇ ਸਾਨੂੰ ਤੰਗ ਕਰਦੇ ਨੇ ਕਿ ਕਿਸ਼ਤਾਂ ਭਰੋ, ਅਸੀਂ ਕਿਸ਼ਤਾਂ ਕਿੱਥੋਂ ਭਰੀਏ ਸਾਨੂੰ ਸਮਝ ਨਹੀਂ ਆ ਰਹੀ, ਅਤੇ ਉਲਟਾ ਮੈਨੇਜਮੈਂਟ ਕਰੀਏ ਕਿ ਤੁਸੀਂ ਆਪਣੀਆਂ ਗੱਡੀਆਂ ਹੁਣ ਲਿਜਾ ਸਕਦੇ ਹੋ, ਜੂਨ ਤੋਂ ਬਾਅਦ ਅਸੀਂ ਕੋਈ ਰੁਪਈਆ ਨਹੀਂ ਦੇਣਾ, ਹੁਣ ਅਸੀਂ ਦੱਸੋ ਵੀ ਅਸੀਂ ਨਵੀਆਂ ਗੱਡੀਆਂ ਕਿੱਥੇ ਲੈ ਜਾਈਏ, ਕਿੱਥੇ ਲੈ ਜਾਈਏ? ਬਿਲਕੁਲ, ਨਵੀਆਂ ਗੱਡੀਆਂ ਕਿੱਥੇ ਲੈ ਜਾਈਏ, 20,000 ਮੰਥਲੀ ਸਕੂਲ ਵੱਲੋਂ ਦਿੱਤਾ ਜਾਂਦਾ ਸੀ, ਪਰ ਘਰ ਦਾ ਗੁਜ਼ਾਰਾ ਚੱਲਣਾ ਵੀ ਬੜਾ ਔਖਾ। ਕਿਸ ਤਰ੍ਹਾਂ ਦੇਖ ਰਹੇ ਹੋ, ਕਿਸ ਤਰ੍ਹਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਹੋ, ਬੜੀ ਪ੍ਰੋਬਲਮ ਦੇ ਵਿੱਚ ਤੁਸੀਂ ਸਾਰੇ ਡਰਾਈਵਰ ਖੜ੍ਹੇ ਹੋ, ਲੱਖਾਂ ਰੁਪਈਆ ਲਾ ਕੇ ਗੱਡੀਆਂ ਪਾਈਆਂ, ਪਰ ਹੁਣ ਬੇਰੁਜ਼ਗਾਰੀ ਵੱਲ ਰਾਹ ਫੜਦੇ ਜਾ ਰਹੇ ਹੋ? ਹਾਂਜੀ ਬਿਲਕੁਲ, ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ, ਇਸ ਕਰਕੇ ਜੋ ਘਰ ਦਾ ਗੁਜ਼ਾਰਾ ਤਕਰੀਬਨ ਐਵੇਂ ਆ ਜੀ, ਜਿਵੇਂ ਹੁਣ ਮਾਰਚ ਤੋਂ ਬਾਅਦ ਆਪਾਂ ਨੂੰ ਕੋਈ ਸੈਲਰੀ ਨਹੀਂ ਮਿਲੀ ਹੈ ਨਾ, ਅੱਜ ਤੋਂ ਜੂਨ ਤੱਕ ਦੇ ਮਤਲਬ 4 ਮਹੀਨੇ ਹੋ ਗਏ, 1-5 ਤੱਕ ਨਹੀਂ ਸੀਗੀ, ਬਕਾਇਦਾ ਅਸੀਂ ਤੁਹਾਨੂੰ ਸਟੇਟਮੈਂਟ ਵੀ ਦਿਖਾ ਸਕਦੇ ਹਾਂ। ਕੋਈ ਹੋਰ ਵੀ ਤਿੱਖਾ ਸੰਘਰਸ਼ ਜਿਹੜਾ ਤੁਸੀਂ ਸਕੂਲ ਦੇ ਖਿਲਾਫ਼ ਕੋਈ ਮੈਨੇਜਮੈਂਟ ਦੇ ਖਿਲਾਫ਼ ਕਰ ਸਕਦੇ ਹੋ? ਹਾਂਜੀ ਹਾਂਜੀ ਬਿਲਕੁਲ, ਅਸੀਂ ਮਤਲਬ ਅਣਮਿੱਥੇ ਸਮੇਂ ਲਈ ਅਸੀਂ ਹੜਤਾਲ 'ਤੇ ਬੈਠਾਂਗੇ, ਜੇ ਮਤਲਬ ਸਾਡੀ ਕੋਈ ਮਤਲਬ ਮੰਗ ਨਾ ਪੂਰੀ ਹੋਈ, ਜੋ ਅਸੀਂ ਮੰਗਾਂ ਮੰਨ ਰਹੇ ਹਾਂ ਨਾ। ਹਾਂਜੀ ਹਾਂਜੀ, ਨਾ ਪੂਰੀ ਹੋਈ, ਅਣਮਿੱਥੇ ਸਮੇਂ ਲਈ ਹੜਤਾਲ 'ਤੇ ਵੀ ਜਾ ਸਕਦੇ ਨੇ, ਸਕੂਲ ਦੇ ਖਿਲਾਫ਼ ਹੋਰ ਵੀ ਪ੍ਰਦਰਸ਼ਨ ਆ ਜਿਹੜਾ ਤਿੱਖਾ ਕਰ ਸਕਦੇ, ਕੀ ਕਹਿਣਾ ਚਾਹੁੰਦੇ ਤੁਸੀਂ, ਕਿਸ ਤਰ੍ਹਾਂ ਗੁਜ਼ਾਰਾ ਚਲਾ ਰਹੇ ਹੋ? ਮਾਨ ਸਾਹਿਬ, ਜਦੋਂ ਕੰਮੇ ਠੱਪ ਹੋ ਜਾਣ, ਮੈਨੇਜਮੈਂਟ ਆਪਣੇ ਡਰਾਈਵਰ ਆਪਣੇ ਮੁਲਾਜ਼ਮਾਂ ਦਾ ਵੱਲ ਧਿਆਨ ਨਾ ਦੇਵੇ, ਤਾਂ ਫਿਰ ਮੁਸ਼ਕਲ ਹੁੰਦੇ ਆ ਗੁਜ਼ਾਰਾ ਤਾਂ। ਅਤੇ ਦੂਸਰੀ ਗੱਲ ਇਹ ਹੈ ਵੀ ਸਾਡੀ 10-12 ਹਜ਼ਾਰ ਕਿਸ਼ਤ ਆਉਂਦੀ ਹੈ ਸਾਡੀ ਹਰ ਮਹੀਨੇ, ਅਤੇ ਅਸੀਂ ਕਿਸ਼ਤ ਕਿੱਥੇ ਭਰੀਏ? 3-4 ਮਹੀਨੇ ਹੋ ਗਏ ਅਸੀਂ ਕਿਸ਼ਤ ਨਹੀਂ ਭਰੀ, ਉਹਦਾ ਸਾਡੇ ਉੱਪਰ ਵਿਆਜ ਵੀ ਪੈ ਰਿਹਾ, ਉਹ ਵਿਆਜ ਵੀ ਅਸੀਂ ਭਰਨਾ ਪੈਣਾ। ਅਸੀਂ ਮੈਨੇਜਮੈਂਟ ਨੂੰ ਕਿਹਾ ਸੀ ਵੀ ਸਾਨੂੰ ਘੱਟੋ ਘੱਟ ਹੋਰ ਜ਼ਿਆਦਾ ਨਾ ਕਰੋ, ਸਾਡੀ ਕਿਸ਼ਤ ਭਰ ਦਿਓ, ਕਿ ਕਿਸ਼ਤੋਂ ਵੀ ਭੱਜ ਗਏ, ਫਿਰ ਕਹਿੰਦੇ 30-35% ਦੇਵਾਂਗੇ ਅਸੀਂ। ਤਾਂ ਸਾਡੀ ਮੰਗ ਸਿਰਫ ਇਹ ਹੈ ਜੇ ਇਹ ਪੇਰੈਂਟਸ ਤੋਂ 50% ਲੈਂਗੇ, ਪਤਾ ਲੱਗਿਆ ਵੀ 50% ਪੇਰੈਂਟਸ ਤੋਂ ਲੈ ਰਹੇ ਨੇ, ਜੇ 50% ਪੇਰੈਂਟਸ ਤੋਂ ਲੈ ਰਹੇ ਨੇ ਤਾਂ ਪਰ ਉਹ ਟਰਾਂਸਪੋਰਟ ਵਾਲੇ ਨੂੰ ਦੇ ਦੇਣ, ਪੇਰੈਂਟ ਤੋਂ ਲੈਣ ਨਾ ਲੈਣ, ਤੁਹਾਡਾ ਸਹਿਯੋਗ ਤੁਹਾਡੀ ਮਦਦ ਕਰਨ ਦਾ ਇਹਨਾਂ ਦਾ ਫਰਜ਼ ਬਣਦਾ ਨਹੀਂ? ਹਾਂ ਬਿਲਕੁਲ ਬਣਦਾ ਜੀ, ਹੋਰ ਅਸੀਂ ਜਾਈਏ ਕਿੱਧਰ? ਇਹਨਾਂ ਕਰਕੇ ਤਾਂ ਅਸੀਂ 10-10 ਲੱਖ ਰੁਪਏ ਦੀ ਗੱਡੀ ਲਈ, ਅਸੀਂ ਜਾਈਏ ਕਿੱਧਰ ਹੋਰ, ਅਸੀਂ ਕਿਹੜੀ ਜਗ੍ਹਾ ਜਾ ਸਕਦੇ ਹਾਂ?
इन्नी देर असी स्कूल दे नाल अटैचमेंट रहे हाँ। उस तो बाद जदों जी कीता तुसी कढ लो अपनी गड्डी ले जाओ अपनी मर्जी नाल असी तनखा देंगे, तो फिर इदा गुजारा साडा कितना होगा। बिल्कुल ये तो ड्राइवरों दी बड़ी मुश्किलां थी जिहड़े गेट ते गेटमैन सिक्योरिटी गार्ड है लेडीज़ आ, लेडीज़ नूं घर दा गुजारा सिर्फ लेडीज़ उह कम ते आउंदे जिहदे घर दा गुजारा चलाना बड़ा औखा हुंदा। लेडीज़ नूं घर तों बाहर निकलना नौकरी करनी प्राइवेट करनी वह भी साढ़े नाल खड़े ने, उन्हां नाल भी असीं गल्लबात करांगे किन्ने महीने तों तुहाडी तनखाह क्यों नहीं दित्ती गई, तुसीं सिक्योरिटी गार्ड दा इत्थे किन्ने टाइम तों कम करदे, लॉकडाउन दे विच तुसीं आए हो इत्थे? हाँ जी लॉकडाउन विच भी आंदे रही, साल हो गया मैनूं इत्थे काम करदे नूं, ਅਤੇ ਇਹਨਾਂ ਨੇ ਮੈਨੂੰ ਦੋ ਮਹੀਨਿਆਂ ਦੀ ਦਿੱਤੀ ਨਹੀਂ ਹੈਗੀ ਫੀਸ, ਹਾਂਜੀ ਮਈ ਅਤੇ ਜੂਨ ਦੀ, ਅਤੇ ਅਸੀਂ ਇਹਨਾਂ ਨੂੰ ਬਹੁਤ ਰਿਕੁਐਸਟ ਕੀਤੀ ਅਗਰ ਅਸੀਂ ਮੈਨੇਜਰ ਸਾਹਿਬ ਉਹਦੇ ਨਾਲ ਗੱਲ ਕਰਦੇ ਹੈਗੇ ਅਕਾਊਂਟ ਮੈਡਮ ਨਾਲ, ਉਹ ਵੀ ਸਾਨੂੰ ਉਲਟਾ ਬੋਲਦੇ ਨੇਗੇ ਕਹਿੰਦੇ ਨੇ ਵੀ ਇੱਥੇ ਤੁਸੀਂ ਸਾਨੂੰ ਵਾਰ ਵਾਰ ਤੰਗ ਨਾ ਕਰੋ, ਠੀਕ ਹੈ ਅਸੀਂ ਜਦੋਂ ਦੇਵਾਂਗੇ ਤੁਹਾਨੂੰ ਦੱਸ ਦਾਂਗੇ, ਠੀਕ ਹੈ ਸਾਨੂੰ ਕਿਹਾ ਵੀ ਸਾਡੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਹੈਗਾ ਅਤੇ ਸਾਨੂੰ ਸਾਡੀ ਸੈਲਰੀ ਦਿੱਤੀ ਜਾਵੇ ਕਿਉਂਕਿ ਅਸੀਂ ਰੈਗੂਲਰ ਆ ਰਹੇ ਹਾਂ ਸਰ, ਮੈਂ ਲੋਕਡਾਊਨ ਵਿੱਚ ਵੀ ਆਉਂਦੀ ਰਹੀ ਹਾਂ ਬੀਜਾਨ 'ਤੇ ਖੇਲ ਕੇ, ਅਤੇ ਅਸੀਂ ਧੁੱਪਾਂ ਵਿੱਚ ਦੇਖੋ ਇੱਥੇ ਨਾ ਸਾਰਾ ਦਿਨ ਅਸੀਂ ਧੁੱਪ 'ਚ ਇੱਥੇ ਬੈਠੇ ਰਹਿੰਦੇ ਹਾਂ ਬਿਨਾਂ ਪਾਣੀ ਤੋਂ ਬੈਠੇ ਰਹਿੰਦੇ ਹੈਗੇ, ਪਾਣੀ ਵੀ ਨਹੀਂ ਪੀਣ ਨੂੰ ਮਿਲਦਾ ਹੈਗਾ, ਅਤੇ ਜਦੋਂ ਕਹੀਦਾ ਕਿ ਅਸੀਂ ਉਹਦੀ ਗੇਟ ਖੋਲਦੇ ਹੈਗੇ ਟਾਈਮ 'ਤੇ ਉੱਠ ਕੇ, ਅਤੇ ਜਦੋਂ ਅਸੀਂ ਚੇਅਰਮੈਨ ਨੂੰ ਕਿਹਾ ਤਾਂ ਸਾਨੂੰ ਧਮਕੀਆਂ ਦਿੰਦੇ ਨੇਗੇ ਅਸੀਂ ਤੁਹਾਨੂੰ ਇੱਥੋਂ ਹਟਾ ਦਾਂਗੇ, ਹਾਂਜੀ ਹਟਾਉਣ ਦੀਆਂ ਧਮਕੀਆਂ ਦਿੰਦੇ ਨੇਗੇ ਅੰਦਰ ਨੇਗੇ ਜਿਹੜੇ ਇਹਨਾਂ ਦੇ ਬੰਦੇ ਨੇਗੇ ਅੰਦਰ ਰੱਖੇ ਹੋਏ ਅਤੇ ਸਟਾਫ ਵਾਲੇ ਨੇਗੇ ਜਿਹੜੇ, ਅਤੇ ਇਹਨਾਂ ਵਾਸਤੇ ਇਹ ਚੰਗੀ ਗੱਲ ਨਹੀਂ ਹੈਗੀ। ਦੇਖੋ ਜਿਹੜਾ ਸਾਡੇ ਘਰ ਦਾ ਗੁਜ਼ਾਰਾ ਗਾ ਅਸੀਂ ਕਿਵੇਂ ਕਰਾਂਗੇ, ਸਾਡੇ ਬੱਚੇ ਵੀ ਆ, ਅਸੀਂ ਘਰ ਦਾ ਸਿਲੰਡਰ ਵੀ ਭਰਾਉਣਾ ਗਾ, ਹੈ ਨਾ ਕਿਰਾਇਆ ਵੀ ਭਰਨਾ ਗਾ, ਕਿਰਾਏ 'ਤੇ ਰਹਿੰਦੇ ਹੈਗੇ ਅਤੇ ਬਿਜਲੀ ਦਾ ਵੀ ਭਰਨਾ ਗਾ ਬਿਲਾਂ ਦਾ ਗਾ, ਅਤੇ ਬਸ ਇਹਨਾਂ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵੱਡੀਆਂ ਮੁਸ਼ਕਲਾਂ ਨੇ, ਜਿੱਥੋਂ ਕਿ ਮੈਨੇਜਮੈਂਟ ਇਹਨਾਂ ਨੂੰ ਡਰਾ ਧਮਕਾ ਵੀ ਰਹੀ ਆ, ਜਿੱਥੋਂ ਕਿ ਦਬ ਕੇ ਵੀ ਮਾਰ ਰਹੀ ਆ, ਤੁਹਾਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਜਾਵੇਗਾ ਜੇ ਸਾਨੂੰ ਤੰਗ ਪਰੇਸ਼ਾਨ ਕਰੋਗੇ। ਪਰ ਹੁਣ ਵੇਖਣਾ ਇਹ ਹੋਵੇਗਾ ਇਸ ਮੈਨੇਜਮੈਂਟ ਵੱਲੋਂ ਇਹਨਾਂ ਗਰੀਬ ਪਰਿਵਾਰਾਂ ਦੀ ਬਾਂਹ ਕੌਣ ਫੜੇਗਾ, ਜਦੋਂ ਕਿ ਸਕੂਲ ਸਥਾਪਿਤ ਹੁੰਦੇ ਹੀ ਜੱਦੇ ਹੀ ਇਸ ਸਕੂਲ ਦੇ ਵਿੱਚ ਕੰਮ ਕਰਦੇ ਆ ਰਹੇ ਨੇ, ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ ਰਹੇ ਨੇ, ਪਰ ਅੱਜ ਮਾੜੇ ਟਾਈਮ ਦੇ ਵਿੱਚ ਇਹਨਾਂ ਦਾ ਸਾਥ ਕੌਣ ਦੇਵੇਗਾ ਸਕੂਲ ਤੋਂ ਬਿਨਾਂ? ਇਹ ਸਕੂਲ ਦੇ ਲਈ ਬਹੁਤ ਵੱਡੀ ਮਾੜੀ ਗੱਲ ਆ ਜੋ ਕਿ ਆਪਦੇ ਹੀ ਮੁਲਾਜ਼ਮਾਂ ਦਾ ਸਾਥ ਨਹੀਂ ਦੇ ਰਹੇ। ਪਰ ਹੁਣ ਅਸੀਂ ਇਸ ਸਕੂਲ ਦੇ ਚੇਅਰਮੈਨ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਦਾ ਆਪਾਂ ਗੱਲ ਹੁਣ ਤੱਕ ਸੋਲਵ ਹੋ ਚੁੱਕੀ ਹੁੰਦੀ, ਮੈਂ ਬੁਲਾ ਕੇ ਉਹਨਾਂ ਨੂੰ ਸੋਰਟ ਆਊਟ ਕਰਦੇ ਹਾਂ। ਐਂਡ ਯੈਸ ਕਿਸੇ ਵੀ ਰੇਸ਼ੋ 'ਚ ਫੀਸ ਆ ਰਹੀ ਹੈ ਉਹ ਸੈਲਰੀਆਂ ਦੇਣੀਆਂ ਹੀ ਨਹੀਂ ਆਪਾਂ ਉਹਨਾਂ ਦੀਆਂ, ਬਣਦੀਆਂ ਨੇ ਉਹ ਡਿਜ਼ਰਵ ਕਰਦੇ ਨੇ। ਡੇਲੀ ਪੋਸਟ ਪੰਜਾਬੀ ਲਈ ਨਾਭਾ ਤੋਂ ਹਰਮੀਤ ਸਿੰਘ ਮਾਨ।